من الشيطان الرجيم اليوم أكملت لكم دينكم وأتممت عليكم نعمتي ورزيت لكم الإسلام دينا آج دے دن میں تہاڈے دین نوں تہاڈے واسطے مکمل کر دیتا ہے اور اپنی میں نعمت تہاڈے تے پوری کر دیتی ہے تہاڈے واسطے پسند کیتا تے دین اسلام نوں کیتا ہے معزز سمعین حضرات دین دا من ہے قانون اسلام دا من ہے سلامتی والے اللہ نے اپنے بندیاں دے واسطے قیامت تک جیسے قانون مناسب سمجھے بنائے جتنے قوانین رب العالمین نے بنائے ان قوانین دے مجموعے دا نام ہے دین اسلام او قوانین ملن گے کتھوں قرآن پاک چوں احادیث جملے تے غور کرنا مذہبی لڑائیاں
ਮਸਲਕਾਂ ਦੀਆਂ ਆਪਸ ਅੰਦਰ ਜਦੋਂ ਵੀ ਹੋਣਗੀਆਂ, ਦੀਨ ਅੰਦਰ ਕਿਸੇ ਨਵੀਂ ਚੀਜ਼ ਨਵੇਂ ਕੰਮ ਤੋਂ ਹੋਣਗੀਆਂ। ਇੱਕ ਫਿਰਕਾ ਦੀਨ ਅੰਦਰ ਕੋਈ ਨਵਾਂ ਕੰਮ ਕਰੇਗਾ, ਉਹਨੂੰ ਮਨਾਉਣ 'ਤੇ ਆਪਣਾ ਪੂਰਾ ਜ਼ੋਰ ਦੇਵੇਗਾ ਕਿ ਸਾਰੀ ਦੁਨੀਆ ਨੂੰ ਮੰਨੇ। ਹੱਕ ਵਾਲੇ ਉਹਦਾ ਇਨਕਾਰ ਕਰਨਗੇ, ਨਤੀਜਾ ਲੜਾਈ ਤੇ ਝਗੜੇ ਤੇ ਆਏਗਾ। ਫਿਰ ਤੁਹਾਨੂੰ ਗੱਲ ਮੰਨਣੀ ਪਵੇਗੀ ਨਬੀ ਪਾਕ ਅਲੈਹਿ ਸਲਾਮ ਦੀ, ਸ਼ਰਰਲ ਉਮੂਰ ਮੁਹਦਸਾਤੁਹਾ। ਫਰਮਾਇਆ ਜੋ ਦੀਨ ਦੇ ਅੰਦਰ ਨਵੇਂ ਕੰਮ ਨੇ ਉਹ ਸ਼ਰ ਨੇ, ਦੀਨ ਅੰਦਰ ਨਵੇਂ ਕੰਮ ਜਿਹੜੇ ਨੇ ਸ਼ਰਾਰਤ ਨੇ, ਸ਼ਰ ਨੇ। ਦੀਨ ਲੋਕਾਂ ਦੇ ਅੰਦਰ ਸ਼ਰ ਫੈਲਾਉਂਦੇ ਨੇ, ਲੜਾਈ ਦਾ ਸਬੱਬ ਬਣਦੇ ਨੇ। ਸ਼ਰਰਲ ਉਮੂਰ ਮੁਹਦਸਾਤੁਹਾ ਵਕੁੱਲ ਮੁਹਦਸਤਿਲ ਬਿਦਾ ਵਕੁੱਲ ਬਿਦਾਤਿਲ ਦਲਾਲ ਵਕੁੱਲ ਦਲਾਲਤਿਲ ਫਿੰਨਾ। ਨਬੀ ਪਾਕ ਅਲੈਹਿ ਸਲਾਮ ਫਰਮਾਉਂਦੇ ਨੇ ਦੀਨ ਦੇ ਅੰਦਰ ਹਰ ਨਵਾਂ ਕੰਮ ਬਿਦਅਤ ਹੈ, ਹਰ ਬਿਦਅਤ ਗੁਮਰਾਹੀ ਹੈ, ਹਰ ਗੁਮਰਾਹੀ ਦਾ ਟਿਕਾਣਾ ਦੋਜ਼ਖ ਹੈ। ਜਦੋਂ ਨਬੀ ਪਾਕ ਅਲੈਹਿ ਸਲਾਮ ਦੀ ਹਦੀਸ ਸੁਣਾ ਦਿੱਤੀ ਜਾਂਦੀ ਹੈ, ਫਿਰ ਕਈ ਮਿਸਗਾਈਡ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਗਾਈਡ ਕਰਦੇ ਨੇ, ਕਹਿੰਦੇ ਨੇ ਵੇਖੋ ਜੀ, ਅਗਰ ਅਸੀਂ ਦੀਨ ਅੰਦਰ ਨਵੇਂ ਕੰਮ ਕਰਨੇ ਆ ਤੇ ਇਹ ਵੀ ਤੇ ਕਰਦੇ ਨੇ ਨਾ। ਨਬੀ ਪਾਕ ਅਲੈਹਿ ਸਲਾਮ ਨੇ ਸਪੀਕਰ ਤਕਰੀਰ ਨਹੀਂ ਕੀਤੀ, ਇਹ ਲਾਊਡ ਸਪੀਕਰ ਅੰਦਰ ਤਕਰੀਰਾਂ ਕਰਦੇ ਨੇ, ਇਹ ਵੀ ਤੇ ਨਵਾਂ ਕੰਮ ਹੈ। ਨਬੀ ਪਾਕ ਅਲੈਹਿ ਸਲਾਮ ਕਾਰਾਂ ਤੇ ਨਹੀਂ ਬੈਠੇ, ਇਹ ਕਾਰਾਂ ਤੇ ਬਹਿੰਦੇ ਨੇ, ਮੋਟਰਸਾਈਕਲਾਂ ਤੇ ਬਹਿੰਦੇ ਨੇ, ਇਹ ਵੀ ਤੇ ਦੀਨ ਵਿੱਚ ਨਵਾਂ ਕੰਮ ਹੈ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਮਸਜਿਦ ਦਾ ਮਿਹਰਾਬ ਨਹੀਂ ਬਣਾਇਆ, ਇਹਨਾਂ ਮਸਜਿਦ ਦੇ ਮਿਹਰਾਬ ਬਣਾਏ ਨੇ, ਇਹ ਵੀ ਤੇ ਨਵਾਂ ਕੰਮ ਹੈ। ਨਬੀ ਪਾਕ ਅਲੈਹਿ ਸਲਾਮ ਨੇ ਮਸਜਿਦ ਨਬੀ ਦਾ ਮੀਨਾਰ ਨਹੀਂ ਬਣਾਇਆ, ਇਹ ਮੀਨਾਰ ਬਣਾਉਂਦੇ ਨੇ, ਇਹ ਵੀ ਤੇ ਨਵਾਂ ਕੰਮ ਹੈ। ਬੈਤੁੱਲਾ ਦੇ ਉੱਤੇ ਗੁਲਾਬ ਚਾੜਿਆ ਜਾਂਦਾ, ਸਾਲ ਬਾਅਦ ਗੁਲਾਬ ਬਦਲਿਆ ਜਾਂਦਾ, ਗੁਸਲ ਦਿੱਤਾ ਜਾਂਦਾ, ਇਹ ਵੀ ਤੇ ਨਵਾਂ ਕੰਮ ਹੈ। ਪੁਰਾਣੇ ਪਾਕ ਦੀਆਂ ਸ਼ੇਰਾਂ ਤੇ ਸਬਰਾਂ, ਨਬੀ ਪਾਕ ਤੇ ਸਿਆਬਾਂ ਨਹੀਂ ਲਾਈਆਂ, ਇਹ ਬਾਅਦ ਵੇ ਲੱਗੀਆਂ ਨੇ, ਇਹ ਵੀ ਤੇ ਨਵਾਂ ਕੰਮ ਹੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਿਹੜੇ ਫਿਰ ਸਾਡੇ ਭੋਲੇ ਭੋਲੇ ਮੁਸਲਮਾਨ ਭਰਾ ਹੁੰਦੇ ਨੇ, ਫੌਰਨ ਗੱਲ ਵਿੱਚ ਆ ਜਾਂਦੇ ਨੇ। ਕਿਉਂ? ਨਬੀ ਪਾਕ ਨੇ ਫਰਮਾਇਆ ਸੀ ਨਾ, ਕਈ ਬਿਆਨ ਜਾਦੂ ਹੁੰਦੇ ਨੇ, ਕਈ ਬਿਆਨ ਅੱਲਾ ਇੰਨਾ ਮਿਨਲ ਬਿਆਨ ਲਾ ਸਿਹਰ, ਕਈ ਬਿਆਨ ਜਾਦੂ ਹੁੰਦੇ ਨੇ। ਅਸਾਂ ਇਹਦਾ ਮਾਣਾ ਇਹ ਕਰ ਲਿਆ, ਚੰਗੀ ਸੁਰ ਲਾ ਕੇ ਤੇ ਵਾਹਵਾ ਟਕਾ ਕੇ ਆਵਾਜ਼ ਲਾ ਕੇ ਗੱਲ ਕੀਤੀ ਤੇ ਉਧਰੋਂ ਵੀ ਆ ਲਓ ਜੀ, ਇਹਦਾ ਬਿਆਨ ਜਾਦੂ ਹੈ। ਇਸ ਹਦੀਸ ਦਾ ਇਹ ਮਾਣਾ ਨਹੀਂ, ਜਾਦੂ ਦਾ ਮਾਣਾ ਹੁੰਦਾ ਧੋਖਾ, ਜਾਦੂ ਦਾ ਮਾਣਾ ਹੁੰਦਾ, ਬੋਲੋ ਹੁੰਦਰਾ, ਧੋਖਾ। ਹਕੀਕਤ ਨੂੰ ਬਦਲ ਕੇ, ਹਕੀਕਤ ਨਹੀਂ ਲੇਕਿਨ ਉਹਨੂੰ ਬਦਲ ਕੇ ਤੇ ਹਕੀਕਤ ਦੱਸਣਾ ਹੈ, ਹੋਰ ਦੱਸਣਾ ਇਹ ਹਕੀਕਤ ਹੈ। ਮੂਸਾ ਅਲੈਹਿ ਸਲਾਮ ਤੇ ਜਾਦੂਗਰਾਂ ਦਾ ਮੁਕਾਬਲਾ ਹੋਇਆ, ਕੁਰਾਨੇ ਪਾਕ ਸੂਰਾ ਯੂਨਸ ਹੈ, ਸੂਰਾ ਆਰਾਫ ਹੈ, ਸੂਰਾ ਤੁਹਾ ਹੈ, ਜ਼ਿਕਰ ਹੋਇਆ ਇੱਥੇ। ਜਾਦੂਗਰਾਂ ਨੇ ਰੱਸੀਆਂ ਸੁੱਟੀਆਂ, ਸੋਟੀਆਂ ਸੁੱਟੀਆਂ ਤੇ ਮੂਸਾ ਅਲੈਹਿ ਸਲਾਮ ਨੂੰ ਵੀ ਤੇ ਸਾਰਿਆਂ ਲੋਕਾਂ ਨੂੰ ਨਜ਼ਰ ਕੀ ਆਈਆਂ? ਸੱਪ, ਬੋਲੋ ਕੀ ਨਜ਼ਰ ਆਈਆਂ? ਹਕੀਕਤ ਵਿੱਚ ਕੀ ਸਨ? ਰੱਸੀਆਂ। ਹਕੀਕਤ ਨੂੰ ਬਦਲ ਕੇ ਵਿਖਾਇਆ, ਲੋਕਾਂ ਨੂੰ ਦੱਸਿਆ ਨਹੀਂ ਰੱਸੀਆਂ ਛੋਟੀਆਂ ਨਹੀਂ ਸੱਪ ਨੇ, ਕੁਰਾਨ ਨੇ ਕਿਹਾ ਉਹ ਛੋਟੀਆਂ ਹੀ ਸਨ, ਉਹ ਰੱਸੀਆਂ ਹੀ ਸਨ, ਸੱਪ ਨਹੀਂ ਸਨ। ਉਹਨਾਂ ਜਾਦੂਗਰਾਂ ਨੇ ਲੋਕਾਂ ਦੀਆਂ ਨਜ਼ਰਾਂ ਤੇ ਜਾਦੂ ਕੀਤਾ ਕਿ ਨਜ਼ਰਾਂ ਵੇਖ ਰਹੀਆਂ ਨੇ ਸੱਪ ਨੇ, ਹਾਲਾਂਕਿ ਸੱਪ ਨਹੀਂ ਸਨ। ਹੁਣ ਜਾਦੂ ਦੀ ਸਮਝ ਆਈ ਨਾ, ਜਾਦੂ ਕਿਹਨੂੰ ਆਉਂਦੇ ਨੇ?
हकीकत नूं बदलना धोखा देना। आ जिहड़ा ना कि कई बयान जादू हुंदे ने उहदा माना इह वे कि कई लोकी बातिल किसे गलत चीज नूं सज्जियों खब्बियों तवीला कर करके हीले कर करके कोई ऐसियां तवीला कर करके अगले बंदे दे गल विच मंतक दी मार मार के गल बिठा देनी। हकीकत होर सी लेकिन बातल नूं झूठ नूं हकीकत बना के उहदे दिमाग में पैवस कर देना, इह वे जादू। ऐसे बयानां नूं जादू कहा गया। तो गल दी समझ आई रे कि नहीं? जादू, जादू दियां बड़ियां किस्मां ने। हज़रां हुण बात ते तवज्जो फरमा देना है। जे जादू अल्लाह महफूज फरमाए हर एक नूं जादू। नबी अली सलाम ने जगह जगह ते कहा है शैतान तो अल्लाह दी पड़ा मंगया करो। कुरान पाक ने जगह जगह ते कहा है शैतान तुहाडा खुला दुश्मन है। जादू, चलो गल जादू दी आईए, एवं एक दो मिनट की गल कर दा। कमर दी आ रीढ़ दी हड्डी है ना, रीढ़ दी जिथे थले जाके खत्म होती है। इत्थे जो तुहानू किते शदीद दर्द शुरू होवे ना, चुप करके किसे कुरानी आमिल दे कोल टुर जा जे, ये 100% जादू जिहा। वो गल दी समझ आई है कि नहीं? आ रीढ़ दी हड्डी जिथे थले खत्म होती है, सट ना को लगी होवे, अगर वैसे ही दर्द उठ पई है ना, ते जादू जिहा। तुहाडे मोहरे लै गए ने कमर दे सेंटर दर्द दे, ये जादू भी हो सकता है, जिन भी हो सकता है। मोहरे बहुते लेंदे जादू नाल, आड़े मोहरे लै जांदे, ये बहुते लेंदे जादू ते जिन नाल। अल्लाह मेरे दर्द कभी मेरे च हो रही है, कभी सिर चली जाती है। जादू भी हो सकता है, जिन भी हो सकता है, हो सकता है, लफ्ज हो सकता बोल रहे। अल्लाह अकबर। कदी कदी नजरे बद भी जादू बन जाता जे खुद बखुद ही, जब उसका इलाज वक्त ते ना करो। हसन तुहाडा किसे कीता इलाज नहीं, जे कीता वह भी जादू बन जाता जे। इन्ने इंसानों में जादूगर नहीं जिन्ने जादूगर शयातीन जिन्नात में। उन्हों का घर शायद ही कोई खाली हो शैताना का, जिदे अंदर कोई जादू करते, घर घर जादू कर, इतने कसीर जादू करने। अल्लाह अकबर। कारोबार चंगा भला चलता चलता ठप हो गया, यह मैं 100% जादू नहीं कहूंगा, जादू भी हो सकता है। शादी कराई नूं कई साल हो गए ने, औलाद हो ही नहीं, मैं 100% नहीं कहूंगा, लेकिन जादू भी हो सकता है, बल्कि अक्सर जादू हो सकता है। चंगे पर रिश्ते होंगे सर, हुण कोई भी नहीं आ रहा, ना धी ब्याही जा रही है ना पुत्र, 100% नहीं, लेकिन जादू भी हो सकता है। जो कितने ऐसिया अलामत जा हो बंदा टुरिया जा रहा, महसूस होया मेरे पिछे तो आ रहा, देखिया कोई भी नहीं, या जादू है या जिन। घर चो पैसे चोरी हो रहे, कभी कपड़े कट्टे जा रहे, हाँ कपड़े कई अंदर कट्टे जाते, इन्ना टुक लगे वो टुक लग के जो टाकी खिंच देना, वो टाकी चिन्ह शयातीन जादूगर खड़ के उन्हें उत्ते जादू करके अक्सर कब्रस्ताना में दफन कर दे। कपड़े गुम हो गए, सड़िया धिया भैन चंगी कर दया, दिमाग जिथे मर्जी सोचे, जिथे मर्जी सोचे, जिन्या लोगों के जादू होंगे वो 80% औरतों के जादू इन्होंने वालों के होंगे। कई दफा इलाज करते हैं जादूगर तो बाद चुकवा के ले गए, चुको बाद बड़ी बेपरवाही कर दी सड़िया धिया भैन। पता जे नबी इस्लाम के जादू के ठीक रहा, सरदे बाल मोटी सी कंगी, ये दो चीज़ सर ना
ਅਸੀਂ ਬੜੀ ਬੇਪਰਵਾਹੀ ਕਰਨੀ ਸਾਡੀਆਂ ਧੀਆਂ ਭੈਣ ਇਹਨਾਂ ਵਾਲਾਂ ਨੂੰ ਕੁਤਰ ਕੁਤਰ ਕੇ ਬੜੀ ਕਰਕੇ ਐਤਲ ਕੁਰਸੀ ਪੜ੍ਹ ਕੇ ਫਿਰ ਇਹਨੂੰ ਸੁਟੋ ਇਸੇ ਤਰ੍ਹਾਂ ਕੰਘੀ ਅੱਲਾਹ ਅਕਬਰ ਪੁਰਾਣੇ ਕੱਪੜੇ ਵੀ ਜਿੱਥੇ ਮਰਜ਼ੀ ਰੂੜੀਆਂ ਤੇ ਨਾ ਸੁਣ ਦਿਆ ਇਹਦਾ ਵੀ ਕੋਈ ਬੰਦੋਬਸਤ ਕਰੋ ਇਹਨਾਂ ਤੇ ਵੀ ਜਾਦੂ ਹੁੰਦਾ ਹੈ ਕੱਪੜਿਆਂ ਤੇ ਬਹੁਤ ਜ਼ਿਆਦਾ ਜਾਦੂ ਹੁੰਦਾ ਹੈ ਤੋ ਖੈਰ ਘਰ ਅੰਦਰ ਖੜਕਾ ਕਦੀ ਉਧਰੋਂ ਬਾਤ ਕਦੀ ਉਧਰੋਂ ਕਦੀ ਝੋਏ ਪੈਣ ਦੇ ਨੇ ਕਿਉਂ ਲੰਘ ਗਿਆ ਘਰ ਦੇ ਕੋਲੇ ਜਿੰਨਾ ਦਾ ਢੇਰ ਹੈ ਉਹ ਚੁਕਾਓ ਜ਼ਿਕਰ ਅਜ਼ਕਾਰ ਦੀ ਪਾਬੰਦੀ ਕਰੋ ਚਲੋ ਇਹ ਮੈਂ ਜਿੰਨਾ ਜੋ ਚੱਲ ਜਿੰਨਾ ਕਰ ਗਿਆ ਬਾਕੀ ਮੈਂ ਤੁਹਾਨੂੰ ਆਵਾਮ ਤੇ ਆਵਾਂ ਤਫਸੀਲ ਫਿਰ ਕਿਸੇ ਵੇਲੇ ਸੀ ਗੱਲ ਆਵਾਂ ਉੱਥੇ ਗੱਲ ਕਰ ਰਹੇ ਹਾਂ ਸਰ ਜਾਦੂ ਬਿਆਨ ਜਾਦੂ ਧੋਖਾ ਦੇਣਾ ਹਕੀਕਤ ਕੁਛ ਹੈ ਬਾਤਲ ਨੂੰ ਹਕੀਕਤ ਬਣਾ ਕੇ ਪੇਸ਼ ਕਰਨਾ ਇਹ ਉਹਨਾਂ ਗੱਲਾਂ ਚੋਂ ਗੱਲਾਂ ਨੇ ਦੇਖੋ ਜੀ ਫਲਾਣੀ ਗੱਲ ਨਬੀ ਪਾਕ ਨੇ ਨਹੀਂ ਕੀਤੀ ਇਹ ਵੀ ਨਵੀਂ ਗੱਲ ਹਜ਼ਰਾਤ ਰਾਹੁਲ ਪਾਕ ਦੇ ਪਰ ਜੋ ਫਰਮਾਉਂਦੇ ਨੇ ਆ ਜੇ ਸਭ ਤੋਂ ਪਹਿਲੇ ਆ ਜੇ ਆ ਸਪੀਕਰ ਸਪੀਕਰ ਦੀ ਬਾਤ ਸੁਣ ਲਿਆ ਜੇ ਬਿਦਤ ਕਿਨੂੰ ਕਹਿੰਦੇ ਨੇ ਨਬੀ ਪਾਕ ਇਸ਼ਨਾਨ ਕਰਵਾਉਂਦੇ ਨੇ ਮਨ ਅਹਦਾ ਸਫੀ ਅਮਰੇ ਨਾ ਪਹਿਲਾਂ ਤੋਂ ਸਾਬਤ ਨਹੀਂ ਨਾ ਕੁਰਾਨ ਤੋਂ ਸਾਬਤ ਹੈ ਨਾ ਹਦੀਸ ਤੋਂ ਹੈ ਹੋਵੇ ਮਰਦੂਦ ਉਹਦਾ ਨਾਮ ਹੈ ਬਿਦਤ ਪਤਾ ਚੱਲਿਆ ਕਿ ਬਿਦਤ ਹੋਵੇ ਜੋ ਦੀਨ ਦੇ ਅੰਦਰ ਨਵਾਂ ਕੰਮ ਕੀਤਾ ਜਾਏ ਅਗਰ ਦੀਨ ਤੋਂ ਬਾਹਰ ਕੋਈ ਨਵਾਂ ਕੰਮ ਹੈ ਉਹ ਬਿਦਅਤ ਨਹੀਂ ਇਹ ਸਪੀਕਰ ਦੀਨ ਦੇ ਵਿੱਚ ਨਹੀਂ ਬੋਲੋ ਤੇ ਸਹੀ ਦੀਨ ਦੇ ਵਿੱਚ ਦੀਨ ਤੋਂ ਬਾਹਰ ਹੈ ਜੇ ਦੀਨ ਦੇ ਵਿੱਚ ਹੁੰਦਾ ਤੇ ਕਿਸੇ ਦੀ ਨਮਾਜ਼ ਸਪੀਕਰ ਤੋਂ ਬਗੈਰ ਕਬੂਲ ਹੀ ਨਾ ਹੁੰਦੀ ਕਿਸੇ ਦਾ ਜੁਮਾ ਸਪੀਕਰ ਤੋਂ ਬਗੈਰ ਕਬੂਲ ਹੀ ਨਾ ਹੁੰਦਾ ਇਹ ਤੇ ਸਹੂਲਤ ਹੈ ਲਾ ਲਓ ਆਸਾਨੀ ਸਭ ਤੱਕ ਵਾਜ ਜਾਏਗੀ ਨਾ ਲਾਓ ਕੋਈ ਪਾਬੰਦੀ ਨਹੀਂ ਸ਼ਰੀਅਤ ਨੇ ਲਾਈ ਪਤਾ ਚੜਿਆ ਸਪੀਕਰ ਬਿਦਤ ਨਹੀਂ ਕਿਉਂਕਿ ਸਪੀਕਰ ਦੀਨ ਦੇ ਅੰਦਰ ਨਹੀਂ ਦੀਨ ਤੋਂ ਬਾਹਰ ਇਸੇ ਤਰ੍ਹਾਂ ਗੱਲ ਆ ਗਈ ਹੈ ਕਿ ਨਬੀ ਪਾਕ ਕਾਰਾਂ ਮੋਟਰਸਾਈਕਲਾਂ ਤੇ ਨਹੀਂ ਬੈਠੇ ਰੱਬੁਲ ਆਲਮੀਨ ਕਰਮਾਂ ਦੇ ਨੇ ਵੱਲ ਖੈਲਾ ਵੱਲ ਬਿਗਾਲਾ ਵੱਲ ਹਮੀਰਾ ਲੈ ਤਰ ਕਬੂ ਹਾ ਵਜ਼ੀਨਤ ਵ ਯਖਲੁਕ ਮਾਲਾ ਤਾਲਮੂ ਰੱਬੋ ਨਾਲ ਮੇਲ ਕਰਵਾਉਂਦੇ ਨੇ ਘੋੜੇ ਤੇ ਖੱਚਰ ਦੇ ਗਦੇ ਅੱਲਾ ਨੇ ਤੁਹਾਡੀ ਸਵਾਰੀ ਦੇ ਵਾਸਤੇ ਪੈਦਾ ਕੀਤੇ ਨੇ ਔਰ ਕਈ ਸਵਾਰੀਆਂ ਐਸੀਆਂ ਪੈਦਾ ਹੋਣਗੀਆਂ ਜਿਹੜੀਆਂ ਤੁਸੀਂ ਜਾਣਦੇ ਹੀ ਨਹੀਂ ਜਦੋਂ ਕੁਰਾਨੇ ਪਾਕ ਉਤਰ ਰਿਹਾ ਸੀ ਸਿਹਾਬਾਂ ਦਾ ਜ਼ਮਾਨਾ ਸੀ ਸਿਹਾਬਾ ਇਕਰਾਮ ਸਾਈਕਲ ਨੂੰ ਨਹੀਂ ਜਾਣਦੇ ਮੋਟਰਸਾਈਕਲ ਨੂੰ ਨਹੀਂ ਜਾਣਦੇ ਕਾਰ ਬਸ ਟਰੱਕ ਨੂੰ ਨਹੀਂ ਜਾਣਦੇ ਇਹ ਸਾਰੀਆਂ ਸਵਾਰੀਆਂ ਬਾਅਦ ਦੇ ਅੰਦਰ ਨਵੀਆਂ ਨਵੀਆਂ ਨਿਕਲੀਆਂ ਨੇ ਰੱਬੁਲ ਆਲਮੀਨ ਤੋਂ ਅਸੀਂ ਸਵਾਲ ਕਰਨੇ ਕੁਰਾਨੇ ਪਾਕ ਤੋਂ ਸਵਾਲ ਕਰੀਏ ਇਹ ਜਿਹੜੀਆਂ ਨਵੀਆਂ ਨਵੀਆਂ ਸਵਾਰੀਆਂ ਆਉਣਗੀਆਂ ਉਹਨਾਂ ਨੂੰ ਕਰਨਾ ਕੀ ਹੈ ਕੁਰਾਨੇ ਪਾਕ ਕਹਿੰਦਾ ਲੈ ਤਰ ਕਬੂ ਹਾ ਉਹਨਾਂ ਤੇ ਤੁਸਾਂ ਸਵਾਰੀ ਕਰਨੀ ਹੈ ਤੁਸਾਂ ਉਹਨਾਂ ਤੇ ਸਵਾਰ ਹੋਣਾ ਹੈ ਹਜ਼ਰਾਤ ਤੋਂ ਪਤਾ ਕੀ ਚੱਲਿਆ ਸਵਾਰੀ ਦੀਨ ਦੇ ਅੰਦਰ ਨਹੀਂ ਦੀਨ ਤੋਂ ਬਾਹਰ ਦੀਨ ਦੇ ਅੰਦਰ ਨਹੀਂ ਕਿਉਂਕਿ ਜੇ ਦੀਨ ਦੇ ਅੰਦਰ ਹੁੰਦੀ ਤੇ ਕਿਸੇ ਦੀ ਨਮਾਜ਼ ਸਵਾਰੀ ਤੋਂ ਬਗੈਰ ਕਬੂਲ ਹੀ ਨਾ ਹੁੰਦੀ ਸਵਾਰੀ ਦੀਨ ਦੇ ਅੰਦਰ ਨਹੀਂ ਇਹ ਦੀਨ ਤੋਂ ਬਾਹਰ ਜਿਹੜੀਆਂ ਸਵਾਰੀਆਂ ਨਬੀ ਪਾਕ ਦੇ ਜ਼ਮਾਨੇ ਦੀਆਂ ਨੇ ਉਹ ਵੀ ਇਸਤੇਮਾਲ ਕਰਨੀਆਂ ਜਾਇਜ਼ ਨੇ ਜਿਹੜੀਆਂ ਨਬੀ ਪਾਕ ਦੇ
जमाने तो बाद दी नवी ईजाद है मोटरसाइकिल साइकिल वगैरह एदी इस्तेदा इस्तेमाल भी जायद है। पुराने पाक ने क्या दिता ले तर कबूहा वजीनतन व यखलुकु मा ला तअलमू जेड़ा काम उन्हें सवारियां ना कर रहे हो ना वाओ आखा अत पीछे पै रहे हैं यानी ओह काम जड़िया नवियां सवारियां ने इन्हें तो भी करे आजे सवारी करे आजे सवारी और पुराने पाक जो पता चल गया कि सवारी दीन दे अंदर नहीं ए दीन तो बाहर है भावे नबी पाक दे जमाने दी होवे भावे बाद दे अंदर नवी होवे इस्तेमाल करनी जायदे क्योंकि सवारी दीन दे अंदर नहीं दीन तो बाहर है। हुण को बंदा कहेगा चलो मौलाना इतने दसो ना मेहराब ते दीन दे विच है ना क्योंकि मस्जिद दीन दे विच है ते मेहराब भी ते फिर मस्जिद ही होया ना हजरात रा हुण गौर कर अगर मेहराम मस्जिद शरीयत दे साबत है रब्बुल आलमीन फरमांदे ने जनाबे ज़करिया अलैहिस्सलाम बुढ़े वाले अल्लाह तो पुत्र पे मंगते ने जो अल्लाह दे हम मंजूरी हो जाती है फरिश्ता बशारत देने वास्ते आंदा है फनादत हुल मलाइका तो वाहु वकाए मुही यसली फिल मेहराब रब्बुल आलमीन फरमांदे ने फरिश्ता आया बशारत देन बेटे दी ज़करिया अलैहिस्सलाम उत्थे उदो किथे सन मेहराब दे अंदर खड़े होके नमाज पढ़ रहे सन और मेहराब दा सबूत कित्थों मिलिया है बोलो बोलो ते जेड़ी चीज कुरान च मिलन रही हो बिदअत है बिदत केड़ी है मन आखदा सफी अमरे ना हादमा लईशो में लईशा में गोफा होवा रद्दुल जेड़ा कम साडे दीन अंदर ऐसा नमा करदा है जेड़ा पहला तो साबत नहीं यानी कुरान तो साबत नहीं हदीस तो साबत नहीं ओ क्यों बिदत है मर्दूद है मेहराब ते अल्लाह दे कुरान चो साबित हो गया मेहराब दा माने कमरा आ जेड़ा ना मेहराब एक कमरा है कमरा चारों तरफा तो दीवारा ने अगे दरवाजे जगह खाली छड़ दी थी कमरा है। कमरा है। मेहराब पता चलिया मेहराब दा सबूत अल्लाह दे कुरान दे विचों मिल रहा है। फिर दूसरा सवाल कीता जांदा लो जी मीनार नबी पाक ने नहीं बनाया मेहराब में तुसी मीनार बनांदे हो गी ते नवा काम में ना सुन लो सही मुस्लिम ते मुस्नद अहमद विच आंदा है नबी करीम अली सलाम फरमांदे ने कि जनाबे ईसा अली सलाम कुर्बे कयामत जदों आसमान तो नादल होणगे ते बैतुल मुकद्दस मस्जिद अक्सा दे मशरकी सफेद मीनार ते उतरंगे सफेद मीनार उन्हें हुण बनाया भी इंज दा ही उत्ते जाके ना जिथे कलशी लगती है ते उहदे थले चौरस शेड़ पाया ताकि उत्ते बंदा बड़े आराम नाल आके खड़ो सके। नबी पाक सल्लल्लाहु अलैहि वसल्लम इरशाद फरमांदे ने हजरत ईसा पैगंबर आन गए ते बैतुल मुकद्दस ते मस्जिद अक्सा दे मशरकी मीनार ते उतरनगे दसो मीनार दा जिक्र मेरे पैगंबर दी जबान पाक चो होया के नहीं अगर मीनार बिदत हुंदा ते मेरे पैगंबर ने फरमा देना सी क्योंकि नबी दी खूबी है कि बुराई वेख के नबी चुप नहीं रहिंदा बोल पैंदा मेरे पैगंबर ने कहना सी के लोका ने बिदत की होएगी मीनार बनाया होएगा उते ईसा उतरनगे लेकिन इतने मेरे नबी ने बिदत व इशारा भी नहीं किया फरमाया ईसा पैगंबर मीनार ते उतरनगे पता चलिया मीनार भी दीन में नवा काम नहीं इतने शरीयत दे अंदर पहला साबत है। फिर कई कहते ने वेखो जी बैतुल्ला शरीफ का गुलाब है इनू गुसल भी दिता जाता है गुलाब बदलिया लो जी गुलाब नहीं नवा काम हालांकि तुहानूं पता होना जो मक्का मुकरमा फतह होया नबी पाक अलैहिस्सलाम ने कुछ बंदियां दे बारे कह दिता सी इन्हां नूं कदर कर दिओ भावें बैतुल्ला दे गुलाब ना चिमटे हो
ਯਾਰ ਜੇ ਹਦੀਸ ਕੇ ਨਹੀਂ ਜਾਂ ਤੁਸੀਂ ਬੋਲਦੇ ਹੀ ਨਹੀਂ ਸੁਣੀ ਜੇ ਹਦੀਸ ਨਾ ਫਿਰ ਅਬਦੁੱਲਾ ਬਿਨ ਖਤਲ ਕਿੱਥੇ ਛੁਪਿਆ ਸੀ ਜਿਹੜੇ ਹਦੀਸ ਵੇ ਲਫਜ਼ ਆਉਂਦੇ ਨੇ ਬੈਤੁੱਲਾ ਦੇ ਗੁਲਾਫ ਦੇ ਵਿੱਚ ਅੰਦਰ ਹੁਣ ਗੁਲਾਫ ਦਾ ਜ਼ਿਕਰ ਆ ਗਿਆ ਨਾ ਨਬੀ ਪਾਕ ਦੇ ਜ਼ਮਾਨੇ 'ਚ ਅਤੇ ਜੇ ਬਿਦਤ ਹੁੰਦਾ ਤਾਂ ਨਬੀ ਪਾਕ ਨੇ ਉਤਾਰ ਨਹੀਂ ਸੀ ਦੇਣਾ ਮੱਕਾ ਵੀ ਫਤਿਹ ਹੋ ਗਿਆ ਹਕੂਮਤ ਵੀ ਆਪਦੀ ਆ ਗਈ ਹੈ ਪਤਾ ਚੱਲਿਆ ਗੁਲਾਮ ਵੀ ਬਿੱਦਤ ਨਹੀਂ ਹੈ ਤੇ ਮੇਰੇ ਪੈਗੰਬਰ ਇਸਲਾਮ ਤੋਂ ਸਾਬਤ ਹੈ ਫਿਰ ਕਹਿ ਦਿੱਤਾ ਜਾਂਦਾ ਵੇਖੋ ਜੀ ਸ਼ੇਰਾਂ ਤੇ ਜ਼ਬਰਾਂ ਬਾਅਦ ਵੇ ਲੱਗੀਆਂ ਨੇ ਇਹ ਵੀ ਬੜਾ ਵੱਡਾ ਮੁਗਾਲਤਾ ਦਿੱਤਾ ਜਾਂਦਾ ਹੈ ਜਨਾਬੇ ਜਿਬਰੀਲ ਅਲੀ ਇਸਲਾਮ ਜਦੋਂ ਪਹਿਲੀ ਵਹੀ ਲੈ ਕੇ ਆਏ ਨੇ ਤੇ ਕਿਹੜੀ ਵਹੀ ਸੀ ਫਰਮਾਇਆ ਇਕਰਾ ਇਕਰਾ ਬਿਸਮੇ ਰੱਬਿਕਲ ਲਜ਼ੀ ਖਲਕ ਇਹੋ ਹੀ ਹੈ ਨਾ ਹੁਣ ਦੱਸੋ ਮੈਂ ਜਨਾਬੇ ਜਿਬਰੀਲ ਨੇ ਜਦੋਂ ਪੜ੍ਹਿਆ ਇਕਰਾ ਬਿਸਮੇ ਰੱਬਿਕਲ ਲਜ਼ੀ ਖਲਕ ਜ਼ੇਰਾਂ ਜ਼ਬਰਾਂ ਪੜ੍ਹੀਆਂ ਗਈਆਂ ਨੇ ਕਿ ਨਹੀਂ ਤੁਸੀਂ ਬੋਲਦੇ ਹੀ ਨਹੀਂ ਪੜ੍ਹੀਆਂ ਗਈਆਂ ਨੇ ਕਿ ਨਹੀਂ ਅੱਛਾ ਮੈਨੂੰ ਦੱਸੋ ਕੋਈ ਬੰਦਾ ਕੁਰਾਨ ਦੀ ਇੱਕ ਐਤ ਨਹੀਂ ਇੱਕ ਜੁਮਲਾ ਵੀ ਜ਼ੇਰਾਂ ਜ਼ਬਰਾਂ ਤੋਂ ਬਗੈਰ ਪੜ੍ਹ ਸਕਦਾ ਇਹ ਤੇ ਬੜਾ ਵੱਡਾ ਧੋਖਾ ਦਿੱਤਾ ਜਾਂਦਾ ਪਤਾ ਚੜਿਆ ਕਿ ਜ਼ੇਰਾਂ ਜ਼ਬਰਾਂ ਜਿੱਦਣ ਪਹਿਲੀ ਵਹੀ ਆਈ ਹੈ ਜਿਬਰੀਲ ਅਲੈਹ ਸਲਾਮ ਲੈ ਕੇ ਆਏ ਨੇ ਜਿੱਥੇ ਕੁਰਾਨੇ ਪਾਕ ਦੇ ਲਫ਼ਜ਼ ਲੈ ਕੇ ਆਏ ਨੇ ਉੱਥੇ ਲਫ਼ਜ਼ ਵੀ ਲੈ ਕੇ ਆਏ ਨੇ ਜਿੱਥੇ ਲਫ਼ਜ਼ ਆਏ ਨੇ ਉੱਥੇ ਕੁਰਾਨੇ ਪਾਕ ਦੇ ਕਲਾ ਅੱਲਾ ਦੀ ਕਲਾਮ ਦੇ ਨੁਕਤੇ ਵੀ ਆਏ ਨੇ ਜਿੱਥੇ ਨੁਕਤੇ ਆਏ ਨੇ ਉੱਥੇ ਸ਼ਬਦਾਂ ਅਤੇ ਮੱਦਾਂ ਅਤੇ ਜ਼ੇਰਾਂ ਅਤੇ ਜ਼ਬਰਾਂ ਵੀ ਆਈਆਂ ਨੇ ਪਤਾ ਚੱਲਿਆ ਜ਼ੇਰਾਂ ਜ਼ਬਰਾਂ ਦੀਨ ਵੇ ਨਵਾਂ ਕੰਮ ਨਹੀਂ ਇਹ ਤੇ ਦੀਨ ਦੇ ਵਿੱਚੋਂ ਮੁਕੰਮਲ ਤੌਰ 'ਤੇ ਸਾਬਤ ਹੈ ਰਿਹਾ ਮਸਲਾ ਲਿਖਣ ਦਾ ਉਹ ਵੇਖੋ ਨਾ ਅਰਬ ਲੋਕਾਂ ਦੀ ਤਾਂ ਆਪਣੀ ਜ਼ਬਾਨ ਸੀ ਉਹਨਾਂ 'ਤੇ ਜ਼ੇਰਾ ਜ਼ਬਰਾ ਪਾਉਣ ਦੀ ਲੋੜ ਹੀ ਨਹੀਂ ਆ ਸਾਡੀ ਪੰਜਾਬੀ ਜ਼ਬਾਨ ਹੈ ਉਰਦੂ 'ਚ ਅਸੀਂ ਉਰਦੂ ਬੋਲੀਏ ਪੰਜਾਬੀ ਬੋਲੀਏ ਲਿਖੀਏ ਜ਼ੇਰਾ ਜ਼ਬਰਾ ਪਾਉਂਦੇ ਉਰਦੂ ਲਿਖਣ ਲੱਗੇ ਹਾਂ ਬੋਲੋ ਪੜ੍ਹੀਆਂ ਜਾਂਦੀਆਂ ਨੇ ਕਿ ਨਹੀਂ ਉਸਨੇ ਕਿਹਾ ਥਾ ਜ਼ੇਰਾ ਜ਼ਬਰਾਂ ਪੜ੍ਹੀਆਂ ਗਈਆਂ ਨੇ ਕਿ ਨਹੀਂ ਹੁਣ ਲਿਖਦੇ ਹੋ ਜ਼ੇਰਾ ਜ਼ਬਰਾਂ ਪਾਉਂਦੇ ਹੋ ਕਿ ਤੁਹਾਨੂੰ ਲੋੜ ਹੀ ਨਹੀਂ ਤੁਹਾਡੀ ਜ਼ਬਾਨ ਹੈ ਲੋੜ ਹੀ ਨਹੀਂ ਅਰਬ ਲੋਕਾਂ ਦੀ ਜ਼ਬਾਨ ਹੀ ਅਰਬੀ ਸੀ ਉਹਨਾਂ ਲੋੜ ਹੀ ਨਹੀਂ ਸੀ ਹੁਣ ਜਦੋਂ ਕੋਈ ਦੂਸਰਾ ਜਿਹੜਾ ਤੁਹਾਡਾ ਉਰਦੂ ਪੰਜਾਬੀ ਨੇ ਜਦੋਂ ਉਹ ਪੜ੍ਹਨ ਲੱਗੇਗਾ ਨਾ ਤੁਹਾਡੀ ਲਿਖਾਈ ਉਹਨੂੰ ਕੋਈ ਪੜ੍ਹੀ ਨਹੀਂ ਜਾਣੀ ਉਹਦੇ ਵਾਸਤੇ ਹਾਂ ਸਹੂਲਤ ਵਾਸਤੇ ਫਿਰ ਜ਼ੇਰਾਂ ਜ਼ਬਰਾਂ ਪਾ ਕੇ ਦੇਣੀਆਂ ਨੇ ਤਾਂ ਕਿ ਤਲਫਤ ਗਲਤ ਨਾ ਹੋਵੇ ਇਸ ਤਰ੍ਹਾਂ ਪੜ੍ਹਨ ਨਹੀਂ ਗੱਲ ਦੀ ਸਮਝ ਆ ਰਹੀ ਹੈ ਨਾ ਇਹੋ ਹੀ ਗੱਲ ਹੈ ਅਜਮੀ ਚੂੰਕਿ ਸਾਡੀ ਜ਼ਬਾਨ ਅਰਬੀ ਨਹੀਂ ਸੀ ਅਸੀਂ ਪੜ੍ਹ ਨਹੀਂ ਸਕ ਸਕਦੇ ਜ਼ੇਰਾਂ ਜ਼ਬਰਾਂ ਤੋਂ ਬਗੈਰ ਸਹੂਲਤ ਵਾਸਤੇ ਲਿਖ ਦਿੱਤੀਆਂ ਗਈਆਂ ਦੀਨ ਵਿੱਚ ਨਵੀਆਂ ਨਹੀਂ ਬਿਦਤ ਹੋਵੇ ਜੋ ਦੀਨ ਵੇ ਨਵਾਂ ਕੰਮ ਹੋਵੇ ਗੱਲ ਦੀ ਸਮਝ ਆ ਰਹੀ ਹੈ ਨਾ ਅੱਲਾਹ ਅਕਬਰ ਪਤਾ ਚੱਲਿਆ ਕਿ ਇਹ ਵੀ ਨਵਾਂ ਕੰਮ ਨਹੀਂ ਹੁਣ ਬਾਂਹ ਤੇ ਤਵੱਜੋ ਫਰਮਾਉਂਦੇ ਜਾਇਆ ਜੇ ਨਵਾਂ ਕੰਮ ਨਹੀਂ ਦੀਨ ਦੇ ਅੰਬਿਦਤ ਹੋਵੇ ਜੋ ਦੀਨ ਦੇ ਅੰਦਰ ਨਵਾਂ ਕੰਮ ਹੋਵੇ ਦੀਨ ਦੇ ਅੰਦਰ ਨਵਾਂ ਕੰਮ ਜਿਹੜਾ ਆਖਰ ਸ਼ਰੀਅਤ ਦੇ ਬਾਤ ਨੇ ਇਹਦੇ ਤੋਂ ਕਿਉਂ ਮਨਾ ਕੀਤਾ ਹੈ ਹਜ਼ਰਤ ਅਬਦੁੱਲਾ ਬਿਨ ਉਮਰ ਰਜ਼ੀ ਅੱਲਾ ਨੂੰ ਇਹਨਾਂ ਨੂੰ ਕਿਸੇ ਬੰਦੇ ਨੇ ਸਲਾਮ ਕਹਿ ਦਿੱਤਾ ਹਜ਼ਰਤ ਅਬਦੁੱਲਾ ਬਿਨ ਉਮਰ ਜੀ ਤੁਹਾਨੂੰ ਫਲਾਣਾ ਬੰਦਾ ਸਲਾਮ ਕਹਿ ਰਿਹਾ ਸੀ ਆਪਨੇ ਫਰਮਾਇਆ ਮੈਨੂੰ ਪਤਾ ਚੱਲਿਆ ਉਹ ਬੰਦਾ ਦੀਨ ਅੰਦਰ ਨਵੇਂ ਕੰਮ ਕਰਦਾ ਹੈ ਅਗਰ ਐਸੀ ਇਹੋ ਹੀ ਗੱਲ ਹੈ ਤੇ ਮੇਰੀ ਤਰਫ ਉਹਨੂੰ ਸਲਾਮ ਦਾ ਜਵਾਬ ਨਾ ਦੇਈ ਸਹਾਬਾ ਇਕਰਾਮ ਬਿਦਤ ਕਰਨ ਵਾਲੇ ਤੋਂ ਇੰਨੀ ਨਫ਼ਰਤ ਕਰਦੇ ਸਨ ਉਹਦਾ ਸਲਾਮ ਵੀ ਕਬੂਲ ਨਹੀਂ ਸਨ ਕਰਦੇ ਆਖਿਰ ਦੀ ਵਜ੍ਹਾ ਕੀ ਹੈ ਕਿ ਇੰਨੀ ਸਖਤੀ ਕਿ ਬਿਦਤ ਵਾਲੇ ਦੀ ਸਲਾਮ ਵੀ ਕਬੂਲ ਨਹੀਂ ਅਸਲ ਗੱਲ ਕੀ ਹੈ ਨਬੀ ਅਲੀ ਸਲਾਮ ਫਰਮਾਉਂਦੇ ਨੇ ਮਮਸ਼ਾ ਇਲਾ ਸਾਹਿਬ ਬਿਦਅਤਿਲ ਲਿਯੋ ਵਕਰਹੂ ਲਿਯੋ ਵਕਰਹੂ ਅਲਾ ਹਦਮਿਲ ਇਸਲਾਮ ਫਕਦ ਆਨਾ ਅਲਾ ਹਦਮਿਲ ਇਸਲਾਮ ਨਬੀ ਪਾਕ ਇਸਲਾਮ ਫਰਮਾਉਂਦੇ ਨੇ ਜਿਹੜਾ ਬੰਦਾ ਕਿਸੇ ਬੀਤੀ ਕੋਲ ਜਾਂਦਾ ਉਹਦੀ ਤਜ਼ੀਮ ਕਰਦਾ ਉਹਨੇ ਦੀਨ ਨੂੰ ਢਾਣ ਵਿੱਚ ਉਹਦੀ ਮਦਦ ਕੀਤੀ ਹੈ ਯਾਨੀ ਹਦੀਸ ਦੇ ਲਫ਼ਜ਼ਾਂ ਤੋਂ ਪਤਾ ਚੱਲ ਗਿਆ ਜਿਹੜਾ ਬੰਦਾ ਦੀਨ ਦੇ ਅੰਦਰ ਨਵੇਂ ਕੰਮ ਕਰਦਾ ਉਹ ਦੀਨ ਨੂੰ ਢਾਂਦਾ ਏ ਦੀਨ ਨੂੰ ਢਾਂਦਾ ਏ
ਜਿਹੜਾ ਦੀਨ ਵੇ ਨਵੇਂ ਕੰਮ ਕਰਦਾ ਦੀਨ ਨੂੰ ਗਿਰਾਉਂਦਾ ਢਾਂਦਾ ਤੇ ਕਿਉਂ ਦੀਨ ਵਿੱਚ ਨਵੇਂ ਕੰਮ ਕਰਨਾ ਬਿਦਅਤ ਹੈ ਆ ਮੁੰਜੀ ਦੀ ਫਸਲ ਨੂੰ ਸਾਰੇ ਜਾਣਦੇ ਹੋ ਨਾ ਆ ਧਾਨ ਮੁੰਜੀ ਚਾਵਲ ਪਤਾ ਜੇ ਨਾ ਪਨੀਰੀ ਬੀਜੀ ਕੱਦੂ ਕੀਤਾ ਲਾਭਿਆਂ ਲਾਭ ਲਾਈ ਜਦੋਂ ਇਹਨੇ ਬੂਟਾ ਜੜ ਫੜ ਲਈ ਨਾ ਮੁੰਜੀ ਨੇ ਜੜ ਜ਼ਮੀਨ ਦੇ ਚਦੀ ਫੜ ਲਈ ਨਾਲ ਹੀ ਹਰੀ ਹੋ ਗਈ ਇਹਦੇ ਜੜ੍ਹਾਂ ਵਿੱਚ ਨਾ ਅੱਖਾਂ ਨਿਕਲਦੀਆਂ ਜਿਹਦੇ ਚੋਂ ਨਾਲੀਆਂ ਨਿਕਲਦੀਆਂ ਨੇ ਨਾਲੀਆਂ ਉਹ ਅੱਖਾਂ ਚਾਰ ਚਫੇਰੇ ਨਿਕਲੀਆਂ ਉੱਥੋਂ ਨਾਲੀਆਂ ਫੁੱਟਣੀਆਂ ਨੇ ਬੂਟਾ ਬਣਨਾ ਹੈ ਪੰਜਾਂ ਸੱਤਾਂ ਦਸਾਂ ਵਾਲੀਆਂ ਦਾ ਬੂਟਾ ਬਣਨਾ ਹੈ ਨਾਲੀਆਂ ਦਾ ਹਜ਼ਰਾਂ ਹੁਣ ਬਾਤ ਤੇ ਗੌਰ ਕਰਿਆ ਜੇ ਜਿਸ ਵੇਲੇ ਜੜ ਫੜ ਲਈਏ ਮੁੰਜੀ ਥੋੜੀ ਜੀ ਤਾਂ ਹੋਣ ਲੱਗ ਪੈਂਦੀ ਹੈ ਜਿਮੀ ਦਾ ਰੋਜ਼ਾਨਾ ਪੈਲੀ ਬੰਨੇ ਤੇ ਫੇਰਾ ਪਿਆ ਮਾਰਦਾ ਜਦੋਂ ਦਸ ਪੰਦਰਾਂ ਦਿਨ ਜਾਂ ਮਹੀਨਾ ਗੁਜ਼ਰਦਾ ਜਾਂ ਕਮੋ ਪਿਛ ਦਿਨ ਗੁਜ਼ਰਦੇ ਨੇ ਜਿਮੀਦਾਰ ਨੇ ਵੇਖਿਆ ਆ ਮੁੰਜੀ ਤੇ ਮੈਂ ਆਪ ਬੀਜੀਏ ਲੇਕਿਨ ਕੁਝ ਬੂਟੀਆਂ ਬਾਅਦ ਵਿੱਚ ਆਪ ਵੀ ਉੱਗ ਪਈਆਂ ਨੇ ਬੀਲਾ ਉੱਗ ਪਿਆ ਕੂਹੀ ਉੱਗ ਪਈ ਨੜੂ ਉੱਗ ਪਿਆ ਸਵਾਂਕ ਉੱਗ ਪਿਆ ਜਿਵੇਂ ਜਿਵੇਂ ਬੂਟੀਆਂ ਉੱਗਦੀਆਂ ਜਾ ਰਹੀਆਂ ਨੇ ਜ਼ਿਮੀਦਾਰ ਪਰੇਸ਼ਾਨ ਹੁੰਦਾ ਜਾ ਰਿਹਾ ਤੇ ਜਿਹੜੇ ਨਾ ਪਾਠੀ ਕਾਢੇ ਦੇ ਪੱਠੇ ਵਢਾਉਣ ਵਾਲੇ ਉਹ ਕੱਛਾ ਮਾਰਨੇ ਬੱਲੇ ਚੌਧਰੀ ਦੀ ਪੈਲੀ ਵੀ ਬੜੇ ਪੱਠੇ ਹੋ ਗਏ ਸਵਾਂਕ ਹੀ ਡੀਲਾਈ ਨੜੂ ਹੀ ਬੜੇ ਪੱਠੇ ਹੋਣੇ ਵੱਡੇ ਹੋਣਗੇ ਨਾ ਵੱਢ ਵੱਢ ਕੇ ਪਾਵਾਂਗੇ ਟਕਰਾਂ ਜਿਹਨੂੰ ਪੱਠਿਆਂ ਦਾ ਲਾਲਚ ਹੈ ਉਹਨੂੰ ਮਾਲਕ ਦੀ ਫਸਲ ਦਾ ਅਹਿਸਾਸ ਨਹੀਂ ਉਹਨੂੰ ਤੇ ਪੱਠੇ ਚਾਹੀਦੇ ਨੇ ਪੱਠੇ ਨੇ ਆ ਜਾਣ ਕੁੱਲਾਂ ਦੀ ਸ਼ਕਲ 'ਚ ਆ ਜਾਣ ਦਸਵੇਂ ਦੀ ਸ਼ਕਲ 'ਚ ਆ ਜਾਣ ਚਾਲੀਏ ਦੀ ਸ਼ਕਲ 'ਚ ਆ ਜਾਣ ਕਿਸੇ ਵੀ ਸ਼ਕਲ 'ਚ ਆ ਜਾਣ ਅੱਲਾਹੁ ਅਕਬਰ ਹਜ਼ਰਾਤ ਰੱਬਾਂ ਤੇ ਤਵੱਜੋ ਕਰਦੇ ਨਾ ਜੇ ਯਾਨੀ ਦੀਨ ਦੇ ਅੰਦਰ ਨਵੀਆਂ ਨਵੀਆਂ ਚੀਜ਼ਾਂ ਆ ਜਾਣ ਭਾਵੇਂ ਕਿਸੇ ਸ਼ਕਲ ਦੇ ਵਿੱਚ ਆ ਜਾਣ ਲੇਕਿਨ ਰੱਬਾਂ ਤੇ ਗੌਰ ਕਰਿਆ ਜੇ ਜਿਹੜਾ ਫਸਲ ਦਾ ਰਾਖਾ ਹੁੰਦਾ ਉਹਦੇ ਸਾਹ ਸੁੱਕਦੇ ਜਾਂਦੇ ਨੇ ਹਾਏ ਅੱਲਾ ਦੀਨ ਅੰਦਰ ਇਹ ਨਵਾਂ ਕੰਮ ਕਿਉਂ ਆ ਗਿਆ ਏ ਦੀਨ ਦਾ ਰਾਖਾ ਜਿਹੜਾ ਪਰੇਸ਼ਾਨ ਹੋ ਜਾਂਦਾ ਲੇਕਿਨ ਜਿਨ੍ਹਾਂ ਨੂੰ ਪੱਠਿਆਂ ਦਾ ਲਾਲਚ ਜਿਹਾਂ ਸਿਰ ਖਾਣ ਪੀਣ ਦਾ ਤਾਲੁਕ ਏ ਉਹ ਤੇ ਕੱਛਾ ਮਾਰਦੇ ਨੇ ਬੜੀ ਚੰਗੀ ਗੱਲ ਆ ਵੀ ਆ ਗਈ ਏ ਆ ਵੀ ਆ ਗਈ ਏ ਆ ਵੀ ਆ ਗਈ ਏ ਹਜ਼ਰਾਤ ਤੋਂ ਜ਼ਿਮੀਦਾਰ ਜਿਹੜਾ ਬੜਾ ਪਰੇਸ਼ਾਨ ਏ ਝੋਲੇ ਵਿੱਚੋਂ ਜਾਂ ਛਾਈਆਂ ਵਾਲੇ ਚੋਂ ਜਾਂ ਸੱਜਿਓਂ ਖੱਬਿਓਂ ਉਹਦੇ ਨਾਲ ਦਿਹਾੜੀ ਦਰ ਬੰਦੇ ਇਕੱਠੇ ਕਰਦਾ ਕਹਿੰਦਾ ਮੇਰੀ ਮੁੰਜੀ ਵਿੱਚ ਦਾਖਿਲ ਹੋ ਜਾਓ ਤੇ ਪੈਲੀ ਦੇ ਅੰਦਰ ਵੜ ਜਾਓ ਜਿਹੜਾ ਤੁਹਾਨੂੰ ਡੀਲੇ ਦਾ ਬੂਟਾ ਨਜ਼ਰ ਆਵੇ ਜੜ੍ਹਾਂ ਤੋਂ ਪੁੱਟ ਦਿਓ ਨੜੂ ਪੁੱਟ ਦਿਓ ਸਵਾਂਗ ਪੁੱਟ ਦਿਓ ਕੂਹੀ ਪੁੱਟ ਦਿਓ ਹੁਣ ਜਨਾਬ ਜਿੰਨੇ ਕਾਢੇ ਵਿੱਚ ਵੜੇ ਨੇ ਨਾ ਕਾਢਾ ਕਾਢ ਕੱਢਣ ਵਾਲੇ ਯਾਨੀ ਗੰਦ ਬਾਹਰ ਚੁਗਣ ਵਾਲੇ ਉਹ ਹੁਣ ਚੁਗਦੇ ਚੁਗਦੇ ਡੀਲਾ ਨੜੂ ਘਾਹ ਵਗੈਰਾ ਚੁਗਦੇ ਸਾਰੀ ਪੈਲੀ ਸਾਫ਼ ਹੋ ਗਈ ਵੱਟ ਬੰਨੇ ਤੇ ਆਏ ਮਾਲਕ ਨੇ ਕਿਹਾ ਸੀ ਜਿੰਨਾ ਡੀਲਾ ਨਜ਼ਰ ਆਏ ਨੜੂ ਨਜ਼ਰ ਆਏ ਭੂਈ ਨਜ਼ਰ ਆਏ ਤੇ ਆਪਣਾ ਸਵਾਂਕ ਨਜ਼ਰ ਆਏ ਸਾਰਾ ਪੁੱਟ ਦਿਓ ਜਦੋਂ ਚਲਦੇ ਚਲਦੇ ਵੱਟ ਬੰਨੇ ਤੇ ਆਏ ਨੇ ਕਹਿੰਦੇ ਨੇ ਹੱਥਾਂ ਨਾਲ ਨਹੀਂ ਪੁੱਟਿਆ ਜਾਂਦਾ ਕਈ ਲਿਆਓ ਰੰਬਾ ਲਿਆਓ ਚੌਧਰੀ ਕੋ ਕਈ ਲਿਆ ਦੇ ਰੰਬਾ ਲਿਆ ਦੇ ਕਹਿੰਦਾ ਕੀ ਕਰਨਾ ਜੇ ਵੇਖੋ ਜੀ ਆ ਵੱਟ ਤੇ ਆ ਗਏ ਹੱਥਾਂ ਨਾਲ ਨਹੀਂ ਪੁੱਟਿਆ ਜਾਂਦਾ ਕਈ ਨਾਲ ਜਾਂ ਰੰਬੇ ਨਾਲ ਖੋਤਰਨਾ ਮਾਲਕ ਕਹਿੰਦਾ ਨਾ ਖੋਤਰਿਆ ਜੇ ਚੌਰੀ ਆਪ ਹੀ ਤੂੰ ਆਖਿਆ ਸਾਰਾ ਨੀਲਾ ਡੀਲਾ ਪੁੱਟ ਦਿਓ ਨੜੂ ਪੁੱਟ ਦਿਓ ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਫਸਲ ਦੇ ਵਿੱਚੋਂ ਪੁੱਟੋ ਕਿਉਂਕਿ ਜਦੋਂ ਫਸਲ ਦੇ ਵਿੱਚ ਚੁੱਗੇਗਾ ਫਸਲ ਨੂੰ ਦੇਵੇਗਾ ਨੁਕਸਾਨ ਜਦੋਂ ਇਹੋ ਹੀ ਡੀਲਾ ਭੂਈ ਨੜੂ ਵੱਟ ਤੇ ਉੱਗੇਗਾ ਫਿਰ ਦੇਵੇਗਾ ਫਾਇਦਾ ਦੀਨ ਦੇ ਵਿੱਚ ਕੋਈ ਨਵਾਂ ਕੰਮ ਆ ਗਿਆ ਦੀਨ ਨੂੰ ਦੇਵੇਗਾ ਨੁਕਸਾਨ ਦੀਨ ਤੋਂ ਬਾਹਰ ਸਪੀਕਰ ਆ ਜੇ ਕਾਰ ਆ ਜੇ ਦੀਨ ਤੋਂ ਬਾਹਰ ਵੱਟ ਤੇ ਵੇ ਕੇ ਦੇਵੇਗਾ ਫਾਇਦਾ ਤੁਹਾਨੂੰ ਸਮਝ ਅਜੇ ਵੀ ਨਹੀਂ ਆਈ ਇੰਨੀਆਂ ਤੁਹਾਨੂੰ ਮੈਂ ਮਿਸਾਲਾਂ ਦੇ ਦੇ ਕੇ ਗੱਲ ਸਮਝਾਉਣ ਦਿਆਂ ਸਮਝ ਆ ਜਾਏ ਅੱਲਾਹੁ ਅਕਬਰ
दीन दे अंदर जो कोई नवी चीज उगती है किवें उगती है नबी पाक अलैहिस्सलाम फरमांदे ने दीन दे अंदर नवा काम जेड़ा जेड़ा दीन अंदर नवे काम करदा मैं पहला हदीस पढ़ी ओदा मफहूम पेश कर दिता है दीन अंदर नवा काम जेड़ा करदा दीन नु ढांदा किवें ढांदा नवा काम जेड़ा दीन नु किवें ढांदा देखो तुसा मुंजी दा बूटा लाया मैं दसण लगा सी ना नालियां उगण लगियां ने चार फिर बूटा बनना है इधरों नाली उगण लगी ते डीले ने मारी छाल भज के ए उग पिया नाली उथे ही रह गई नाली उथे ही रह गई दूजे पासो नाली उगण लगी ते इधर नड़ू भज के आ गया नाली बोलते नहीं यार उथे ही रह गई तीजे पासो नाली उगण लगी इधर दौड़ता दौड़ता सुवांक आ गया ढिडन सुवांक बड़ा मोटा जा बूटा बनता है ना एक होंगे बरीक सुवांक के मोटा शांक आला ढिडन सुवांक ए उग पिया नाली उथे ही रह गई चौथे पासो नाली उगण लगी इधर आ गई कोई नाली उथे रह गई हुण पता लगा जे जो फसल दी अंदर जड़ियां बूटियां आप नहीं लाइया बाद विच अपने आप नवियां उगियां ने दसो ना फसल नुकसान दिता है कि नहीं फसल नु ढाया और नालियां जिन्हियां उगनिया सन उन्होंने ढाया बोलते नहीं यार बोलो नड़ू ने डीले ने और कुही ने समाक ने जड़िया बूटियां बाद में अपने आप उगिया ने इन्होंने असल फसल नु गिराया कि नहीं एह गल जे जो दीन अंदर को बिद्दत आती है ओदी जगह ते सुन्नत खत्म हो जाती है देखो ना रब्बुल आलमीन फरमांदे ने या अय्युहल्लज़ीना आमनु सल्लू अलैहि वसल्लमु तस्लीमा रब्बुल आलमीन फरमांदे ने ईमान वाले लोगो तुसी भी सोने पैगंबर ते दरूद भी पढ़ो ते सलाम भी पढ़ो और रब्बुल आलमीन ने फरमा दिता दरूद ते सलाम पढ़ो मेरे पैगंबर फरमांदे ने जेड़ा बंदा नबी पाक अलैहिस्सलाम तो पूछा जांदा है हजरत जी कैफा नुसल्ली अलैका या रसूल अल्लाह हजरत जी दसो तुहाडे ते दरूद किवें पढ़िए मेरे पैगंबर फरमांदे ने कुलू अल्लाहुम्मा सल्ले अला मुहम्मद व अला आले मुहम्मद नबी पाक अलैहिस्सलाम ने दुरूद दस्या फरमाया आ पढ़ो हुण भाइयो ए वे असल दीन ए वे असल फसल अल्लाह दी लाई हुई अल्लाहुम्मा सल्ले अला मुहम्मद व आले मुहम्मद जदों इहदे विच आ गई नवी बूटी उत्थे जनाब हुण असल दुरूद जिहड़ा लोकां पढ़ना छड़ दित्ता जगह ते पढ़न लग पे अस्सला तो वस्सलाम अलैका कई किस्म का आ गया हुण देखो ना जो तो दीन वे नवी चीज आई असल पिछे हट गई गल दी समझ आ रही जे असल असल हुण असल ने जगह मलनी सी ना असल रह गई पिछा हुण दसो बिद्दत ने दीन ढाया के नहीं यार बोलो ते सही मेहमान आ गए ने मेहमान आ गए मेरे नाल ध्यान अल्लाह अकबर प्यारे वालिक बस माशाल्लाह माशाल्लाह हजरात रब्बा ते तवज्जो फरमांदे दाया जे तवज्जो करदे दाया जे अर्ज कर दिता के जो दीन दे अंदर बिद्दत आ जांदी है दीन नू गिरा देंदी है ढा देंदी है हुण मैं बां जड़ी कर रहा गौर करदे दाया जे जिस तरह मैं तुहानू मिसाल दे के कहा है मुंजी दे अंदर या किसी भी फसल दे अंदर जो बूटियां अपने आप उग पैंदियां ने असल फसल नू नुकसान देंदियां ने इस तरह दीन दे अंदर जिहड़ियां चीज़ां बाद दे अंदर अपने आप उग दिया ने असल दीन नू बर्बाद कर दिया ने जेड़ा दीन अंदर नवे काम करदा जेड़ा नवे काम करदा ओ दीन नू ढांदा है जेड़ा मेरे तुहाडे घर नू ढाए ओ सानू चंगा नहीं लगदा बुरा लगदा ते जेड़ा अल्लाह दे दीन नू ढाए ओ मेरे प्यारियो दसो रब नू चंगा लगेगा ओ मेरे भाइयो गुस्सा ना करो इमाम मालिक रहमतुल्लाह ने बड़ी प्यारी गल कही है कहिंदे ने दीन वे नवे काम ओ बंदा करदा जिनू नबी पाक उते इतमाद ना होवे जिहदा नबी तो यकीन उठ जांदा है ना ओ करदा
ਕਹਿੰਦਾ ਨਵੇਂ ਨਵੇਂ ਆਹ ਵੀ ਕੰਮ ਚੰਗਾ ਕਰ ਲਓ ਤੇ ਜਿਹਦਾ ਨਵੀ ਪੰਕ ਦੇ ਯਕੀਨ ਹੈ ਉਹ ਕਹਿੰਦਾ ਜੇ ਚੰਗਾ ਹੁੰਦਾ ਤੇ ਨਵੀ ਪੰਕ ਕਰਦੇ ਨਹੀਂ ਸਮਝ ਆਈ ਅੱਲਾ ਦੇ ਨਵੀ ਤੇ ਯਕੀਨ ਰੱਖਣਾ ਜੇ ਜਾਂ ਚੁੱਕਣਾ ਜੇ ਰੱਖਣਾ ਤੇ ਫਿਰ ਜ਼ੇਰ ਬਣਾਓ ਜਿਹੜਾ ਕੰਮ ਚੰਗਾ ਹੈ ਨਵੀ ਪੰਕ ਨੇ ਕੀਤਾ ਜਾਂ ਦੱਸਿਆ अल्लाह अकबर जो इस तरह ज़हन बनाने ना मुसलमान भाइयों का भैन का फिर कई मिसगार्ड करने वाले कहते हैं वेखो जी चलो ये तो असी भी मान लें कि जश्न मिलाद महफिल मिलाद दीन अंदर नवा काम है जिमें कि मौला गुलाम रसूल सईदी साहब ने भी कह दिता है बिदत है मुफ्ती अहमद यार नईमी ने भी जाल हक अंदर कह दिता है बिदत है लेकिन कहते हैं वेखो जी बिदत दियाँ दो किस्म ने बिदत सईया ते बिदत हसना जी एक बिदत अच्छी है एक बिदत बुरी जी अच्छी बिदत कर लेनी ठीक है बुरी तो बचना चाहिए बिदत हसना पहला मन लिया बिदत मन लिया बिदत जश्न मिलाद महफिल मिलाद बिदत मन लिया लफज मौजूद ने हवाला चाहिए मैं हाजिर हाँ हजरात रब्बा ते गौर करिया जे पहला मान लिया बिदत नाल ही कह दिता बिदत हसना है हुण जरा हसना दे बारे भी सुनिया जे हजरत अब्दुल्ला बिन उमर रजी अल्लाह तआला अन्हु हजरत अब्दुल्ला बिन उमर रजी अल्लाह अन्हु दा बयान सुनिया जे सनद हसन है किताब दा नाम है अल मदखल इल सुनन अल कुबरा लिल बहकी हसन सनद हजरत अब्दुल्ला बिन उमर रज़ी अल्लाह नो फरमांदे ने कुल बिदअतिन दलाला वलौ रआहा अन्नासु हसना फरमाया हर बिदत गुमराही है अगर चे लोग उनु हसना कहन सहाबी दा फतवा कह रहा है कि किसे उम्मती दे हसना कहन नाल कोई बिदत हसना हो सकदी बिदत हसना नहीं मुफ्ती साहब कहते ने पे कह मौलाना कहते ने पे कह सियाबी ने कहता है नबी पाक ने कहता है हर बिदत गुमराही कहन वाला कहता वेखो जी तुम कि नहीं हसना हो सकती हो हजरत उमर बिन खताब रजी अल्लाह तआला को इन्होंने तरावियां दी जमात जिस वेले लोगों एक इमाम दो मामा पिछे कट्ठा कर दिता वारी वारी इमाम ने मादा पढ़ाण देखो जी हजरत उमर आए ने हजरत उमर ने वेखिया के सारे लोग इको जमात ने माद पे पढ़ते ने फरमाते ने अमल बिदा नेमल बिदा खूब बिदत है देखो जी उन्हें क्या लिहाजा नेमा का मना हसना है भाई नेमा का मना तेन किने क्या हसना है जे हसना हुंदा ते अब्दुल्ला बिन उमर हसना कहिंदे ओह ते कहिंदे ने वलौ रआ अन्नासु हसना लोग अगर चे हसना कहन कोई बिदत हसना ओ जे नेमा का मना हसना हुंदा ते सके पुत्र ने अपने बाप की मुखालफत करनी सी फिर बाप भी केड़ा खलीफा राशिद पुत्र केड़ा सुन्नत का पैरोकार अब्दुल्ला बिन उमर रजी अल्लाह तआला अन्हुम अजमाईन हजरात उन बात तुहाडे जेना विच भी बात आनी है मौलाना फिर नेमा दा माना की बनेगा माना मैं अर्द कर देना वा सही बुखारी दी पूरी रवायत पढ़ो नबी पाक सल्लल्लाहु अलैहि वसल्लम पहला मैं जरा अबू दाऊद दी भी पढ़ देवा मेरे पैगंबर ने क़ियामुल लैल क़ियामे रमजान यानी तरावी दी तीन रात जमात कराई है मेरे पैगंबर ने तीन रात जमात देना पढ़ाई ने मान ते बाद अंदर मेरे आका फर मैनु खदशा पैदा हो गया कि नमाज़े तरावी तुहाडे ते फर्ज ही ना कर दीती जाए हजरत उमर बिन खत्ता मेरे पैगंबर ने जमात छड़ दीती है लेकर मना नहीं कीता आखिर नबी पाक का जमाना मुबारक गुजरिया अबू बकर का दौर गुजरिया हजरत उमर का जमाना आया ते वेखिया लोग ना वखरिया वखरिया टोलियां बना के जमात करा डे ने कोई 15-20 उठे जमात करा डे ने 40-50 उठे करा ਦੇ ਨੇ ਕੋਈ
हजरत उमर कह लगे हुण वही दा सिलसिला बंद हो गया है, हुण फर्दियत दा खतरा टल गया है। क्यों ना होवे के सारिआं नूं इक इमाम दे पिछे कठिआं कर दिता जाए। हजरत उमर बिन खत्ताब रजी अल्लाह ने दो इमाम मुकर कर दिते ने, हजरत उबई बिन काब तमीमदारी, हमारा उमर इब्न अल खत्ताब रजी अल्लाह तआला अन्हु अय्यकूमा उबई बिन काब व तमीमन दारिशा अय्यकूमा लिन्नास इहदा अशरा रका। हजरत उमर ने उबई बिन काब ते तमीमदारी नूं आर्डर दिता, इन्हां लोगां नूं वारी वारी नमाज तरां वी किया में रमजान कराओ, और किन्नियां रकातां 11 8 रकातां तरावियां ते 3 इहदा आशारा रकअ। ओह जिहड़े 20 रकातां दे लफ्ज ने ओह शाद रवायत ते शाद इक वी रवायत सही ने 20 वाली। हजरत राहुल बात ते गौर करिया जे, हजरत उमर बिन खत्ताब रजी अल्लाह ने दो इमाम कर कर दीते ने, वारी वारी पे पढ़ांदे ने। हजरत उमर गश्त करदे करदे आए, वेखे आके अगे टोलियां टोलियां सन, अज कट्ठी जमात है, सहाबा जमात ते खुश होया करदे सन, मुसलमाना दी जमीयत नूं जमात नूं वेखना पसंद करदे सन। हजरत उमर बड़े खुश होए, फरमांदे ने निअमल बिदा, अरबी जबान में बिदा का मान है नवा नवा। हुण नवा किवें में अल्लाह अकबर, नवे दियां असीं दो किस्मां करांगे, एक बिदत है लुगवी, एक बिदत है शरई। बोलन विच नवी, मसलन किसी पिंड अंदर जाते हो, किसी इलाके में जाते हो, उत्थे मस्जिद बनी है 100 साल पुरानी बनी है, लेकिन नीवी हो गई तो पिंड वालिया ने जमात वालिया ने उन्हों गिरा के मस्जिद नू गिरा के की करके हूँ नहीं कहते शहीद करके, आप ही ढांदे हो तो आप ही अपने के फतवे लाने डे हो शहीद करके, तुसी बुरी नीयत ना ढांड डे हो शहीद करके। नवी गल है भाई गिरा के, क्योंकि तुहाडी नीयत बनाउण दी है, तुहाडी नीयत उन्हें मिसमार करन दी, जान दी बर्बाद करन दी नहीं। अल्लाह गल की समझ आ गई ने ना, असा मस्जिद शहीद करके नवी बनाई है, आप ही अपने मुंह मुजरम बन रहे हैं। अल्लाह अकबर। हजरात अर्ज कर रहा वा, मस्जिद गहराई ते नवे सिरे बना दीती है, सोहनी बना दीती है, तुसी जांदे हो मस्जिद नवी बनाई जे, वो कहते नवी बनाई है, क्यों भी नवी है ना, बोलो कदों नवी हो तो 100 साल पुरानी है, क्यों भी पुरानी है ना, बोलो तो सही पुरानी है ना, वो तो नवी बनाई मस्जिद पुरानी है, आज नवे सिरे नहीं बनाई गई, ओदी तामीर नो है, ये बोलने विच नवी आएगी, हकीकत अंदर पुरानी है। हुण गल दी समझ आ रही, मसलन तरावियां दी जमात जेड़ी है, तरावियां दी जमात हजरत उमर ने के इमाम दे पीछे कठिया करके कह दिता निअमल बिदा। आ जड़ी बोलन दे अंदर नवा लफजान लग्या, फरमाया ए जड़ा सा कम, ये जड़ा छड़िया होया काम सी असा नवे सिरे शुरू करा दिता है, ये बड़ा ही चंगा होया, बहुत खूब है नेमा, बहुत खूब है, खूब है, ये बहुत खूब है। जड़ा नबी पाक अलैहिस्सलाम ने 3 रातां जमात कराई, आपनू पसंद सी लेकिन आपने फर्जियत दे डर तो छड़ी है। हजरात उन बात ते गौर करिया जे, ये बिदत शरई नहीं, बिदत शरी की है, इन बोलन विच नवा कहांगे।
लुगवी है, बिद्दत नवी केड़ी, बिद्दत शरी केड़ी है, शरी बिद्दत ते वे गौर करे आजे मन अहदा सफी अमरे ना हाजमा लई शामिल गो फहुवा रद्दुल। नबी पाक अलैहिस्सलाम फरमांदे ने जेड़ा काम साडे दीन अंदर को ऐसा नवा कीता जाए जेड़ा काम पहला तो साबित नहीं, तरावियां नबी पाक दे जमाने तो साबित ने ओ बिदत नहीं, जेड़ा काम दीन में ऐसा नवा कीता जाए जेड़ा पहला तो साबित नहीं ओ कम बिदत है। भराओ गुस्सा ना करे जे मैं प्यार ना दसन लगा, जिन्हें जिन्हें काम करना उन्हें दे करना ही करना मैं समझान लगा। नबी पाक अलैहिस्सलाम दे जमाने दे अंदर पैदाशां भी होईयां ने फौरगियां भी होईयां ने। एक माई सी जिदा खैमा मस्जिद वे लगा सी, वडेरी माई काले रंग दी मस्जिद दी सफाई करदी सी। इहनूं एक कबीले आलिआं ने बुढ़े वेले आजाद कर दिता सी, मस्जिद विच इहने डेरा ला लिया। रात दे टाइम फौत हो गई ते नबी पाक अलैहिस्सलाम दे सहाबा ने रात नूं उहदा जनाजा पढ़ के दफना दिती है। नबी पाक नूं नहीं दस्या क्योंकि आप आराम कर रहे ने, आप दे आराम अंदर खलल ना आवे, सहाबा ने अदब कीता। दूसरा दिन गुजर गया, नबी पाक दी तवज्जो ना हुई। आखिर जो तीजा दिन आया ते नबी पाक मुसनद इब्ने अबी शैबा दे लफ्ती तीसरे तीसरे दिन दे भी ने आप फरमांदे ने ओ माई किथे जे, हजरत जीओ ते परसों दी फौत होई, असां दफना दीती है रात नूं। हुण जरा तवज्जो कर दे जाया जे मेरे माई दा टिकम दलाल ते गौर करिया जे, तवज्जो करिया जे। माई दा घर केड़ा सी? मस्जिद नबवी। माई दा घर केड़ा सी? मस्जिद नबवी। ओ माई दा घर सी उत्थे जो रहिंदी सी, मस्कन सी उहदा। ते हुण कुल्लां दा खत्म होना सी दफनान तो दूजे दिन। इंजी गल है ना हजरा, सवेरे 8:30 बजे अम्मा जड़ी सफाई कर दी है मस्जिद दियां कुल्लां दा खत्म होवेगा मस्जिद नबी दे अंदर, क्योंकि उहदा घर ही मस्जिद अंदर सी। हुण सहाबा इकराम ने कल्यां कल्यां कुल्लां दा खत्म दे के चने भी आप खा गए, फुलियां भी खा गए, केले माटे जिन्हें सन सहाबा वह भी खा गए। नबी पाक नूं दस्या ही नहीं। नबी पाक ने तीजे दिन पुछया माई किथे जे, नहीं समझ आ रहे? नहीं नहीं, नबी पाक विच सन। अच्छा अच्छा विच सन, ठीक हो गया। क्योंकि रात नबी पाक आराम फरमा रहे सन, दिने ते आप जागते सन ना, ते आप दा ते हज़रत आयशा दा हुजरा भी मस्जिद दे नाल ही सी। मस्जिद विच ही कबो ना हुंदे विच ही उत्थे ही सी, इहदा मतलब है। अच्छा जी, नबी पाक भी आ गए सन। अच्छा ठीक हो गया। नबी पाक ने भी कुल्लां दा खत्म दे दिता, आपने माई दे कुल्लां दा खत्म दे दिता। जदों दूजे दिन नबी पाक ने कुल्लां दा खत्म दिता, जिहड़ी अम्मा राती फौत हो गई सी, सहाबा ने दफन कीती, उहदे कुल्लां दा खत्म आ, चने भी फुलियां भी सारियां उहदियां ने। फिर नबी पाक ने तीजे दिन पुछिया क्यों कि माई किथे जे, नहीं समझ आ रही यार। दोवां चो एक गल ते समझिए ना, दोनों चो एक ही गल समझ जाइए। क्या सहाबा इकराम इस तरह के बेपरवाह सन नौज बिल्ला के खत्म दिता, नबी पाक नूं बुलाया ही नहीं, ते जे नबी पाक आए ने ते आपने तीजे दिन पुछिया क्यों? इहदा मतलब है खत्म दिता दुआया नहीं। होर भी एक गल आउण लगी जे तुहाडी वारी भी आउण लगी है। मारी साथ रिश्तेदारियां होंगे जाके फिर मैनू भी आ चुकने पे सन ना पूरी ते, फिर मैं भी चुक ले सन। नबी पाक सल्लल्लाहु अलैहि वसल्लम माई दा घर केड़ा सी? मस्जिद नबी। तीजा दिन होया, सहाबा इकराम ने दसिया हज़रत जी उहदे रात दे टाइम फौत हो गई, दफना दीती है। नबी पाक अलैहिस्सलाम फरमांदे ने दुल्लूनी आला कबरेगा, मैनू ओदी कबर दसो कबर किथे वे। नहीं नहीं नहीं, नबी पाक दी पूरी ते मस्जिद कुचू के पूरी मस्जिद च पई सी ना, जिथे ओदा घर पूरी उथे पैणी, ओ बोलदे नहीं होणा, पूरी उथे पैणी सी ना, पूरी पै गई है। हुण नबी पाक उथे ही आ गए, चुको हाथ अम्मा वास्ते फातिहा पढ़ो। अम्मा बड़ी चंगी सी, नेक साले सी,
बहुत साले औरत सी मस्जिद की सफाई करती सी ते फातिहा पढ़ो पढ़िए फातिहा यार बोलो ते सही नबी पाक ने तो खबर मिली ते आपने क्या हो बे आओ कठे हो अम्मा दे वास्ते हाथ चुके दुआ करिए नबी पाक नु आपने खास कीती के अम्मा बड़ी चंगी सी मस्जिद दी सफाई करने वाली मस्जिद नाल प्यार करने वाली ओदे वास्ते दुआ करनी है हुण मैयत वास्ते दुआ दा टिकाना नबी पाक फरमांदे ने दुल्लूनी अला कब्रगा मैनू ओदी कब्र दसो किथे भाई जान जदों को फौत हो जाए तीन दिन सत्थर पाना फूरी पानी जायज है मैं इहदे खिलाफ नहीं लेकिन उस फूरी ते जाके ऐ हाथ चुकन दा टिकाना नहीं ए दीन वे नवा काम है नबी पाक तो सहाबा तो साबित नहीं जेड़ा दीन वे नवे काम करता है दीन नूं ढांदा है तू ऐ हदीस भी कहना है तो उत्थे जाके चुक भी लैंदा है अल्लाह अकबर ते कई सजे खबे वेंदे ने मौलाना अरसा बैठे ने चल वेख तो नहीं देख ले मेरे अल कई अंजी कर लेंदे मौलवी तो डरन डे काश तू अपने रब तो डरे हुण जिहड़ा फूरी ते दसो जी साढ़े भी एक दफा फौतगी हुई सी साडा एक बड़ा नामवर बंदा सी आया बिगड़ गया वो जे दुआ नहीं करी असीं खे खाण आए हाँ बड़ा उन्हें लफ सख्त सख्त बोले चला गया गुस्से में बथेरा हाँ समझाने की कोशिश की थी टुट गया गुस्से में जी जे दुआ नहीं करी फिर आए की लैना मैं दसना की लैना है आए हो ताजियत करना ताजियत की है तुसी फूरी ते मैयत वास्ते नहीं आए सब तो पहला ते आज़ेन बढ़ाओ फूरी ते मैयत वास्ते नहीं आए मैयत वास्ते आने ते जनाजे जा मैयत वास्ते आने तो अभी कब्र ते आ फूरी ते मैयत वास्ते नहीं मैयत दे वारसा वास्ते आए इना वारसा जड़ा गम पहुंची है सदमा पहुंची है सबर तसली दे के गम ते सदमा कटाना है आ ही तेरे उंदा मकसद आ मकसद नहीं जेड़ी भी गल तेन अच्छी आंदी है उन्हें दा गम दूर करन वाली ओ कर हजरात जे तेन मैयत ना हमदर्दी है ते कबर ते चला जा उथे जाके दुआ करिया और टिकाने ने शरीयत पाक ने दसे ने मेरे दोस्तां ते वीरां मैं बात अर्ज कर रहा दीन अंदर नवा कम अजिया ने दीस क्यों बार बार रोकने भाईओ छोटा जा जुर्म नहीं बड़ा वड्डा जुर्म है जेड़ा दीन अंदर नवे कम करता वो दीन नूं ढांदा है हुण आखरी गल्लां करां ते गल मुकावां हुण बात ते गौर करिया जे मेरे प्यारे हो दसो आहो जेड़ा महीना जा रहा है ये महीने दे अंदर की है ए जश्न ईद मिलादुन नबी प्रोफेसर जनाब अल्लामा अब्दुल रज़ाक साजी साहब हाफिज़हुल्लाह बड़े कमाल मंतकी अंदाज में समझा रहे सर मन ते कई यार तकीर सुन के लगता हूं सारी मंतक ने पढ़ छड़ी है साढ़े जोगी छड़ी नहीं आप भी भाई जो पढ़ते स मंतक दा सबक होना तो आप भी छुट्टी कर जाने हाँ औख्या सौख्या हो के तीजे चौथे दिन पढ़नी ये दी समझ सानू नहीं आती तहसीरुल मंतक वगैरह फिर बाद जाके एहसास होया भी नहीं पढ़नी चाहिए चलो कुछ बाद पढ़ पढ़ो गईया थोड़ा बात कोई दाल दलिया हो गया पर माशाला माहिर ने मंतक ने बड़ी मंतकी गुफ्तगू फरमाई उन्होंने तो मैं अर्ज कर लगा मैं सिर्फ उन्होंने पूरने उत्ते ना जो पू लिख के दे गए पूरने पान लगा
ਦੌਦਰਾ ਹੁਣ ਬਾਤੇ ਤਵਜੋ ਫਰਮਾਉਂਦੇ ਆਇਆ ਜੇ ਜਸ਼ਨੇ ਈਦ ਮਿਲਾਦੁਨ ਨਬੀ। ਹੁਣ ਇਹਦੇ ਅੰਦਰ ਚਾਰ ਲਫ਼ਜ਼ ਨੇ, ਇੱਕ ਲਫ਼ਜ਼ ਹੈ ਜਸ਼ਨ ਜਸ਼ਨੇ ਮਿਲਾਦ, ਦੂਜਾ ਮਹਿਫਲੇ ਮਿਲਾਦ, ਤੀਸਰਾ ਹੈ ਜਲੂਸੇ ਮਿਲਾਦ, ਚੌਥਾ ਹੈ ਈਦ ਮਿਲਾਦ। ਹੁਣ ਇਹਨਾਂ ਚਵਾਂ ਲਫ਼ਜ਼ਾਂ ਨੂੰ ਵੇਖਣਾ ਹੈ ਕਿ ਆ ਇਹਨਾਂ ਚਵਾਂ ਦਾ ਤਾਲੁਕ ਸ਼ਰੀਅਤ ਨਾਲ ਹੈ। ਹੁਣ ਵੇਖਣਾ ਛੇਵੀਂ ਹਿਜਰੀ ਅੰਦਰ ਮੁਜ਼ਫਰਉਦੀਨ ਕੋਕਾਬੁਰੀ ਜਿਹੜਾ ਜ਼ਿਕਰੋ ਕਰ ਰਹੇ ਸਨ ਤੁਹਾਡੇ ਸਾਹਮਣੇ, ਛੇਵੀਂ ਸਦੀ ਹਿਜਰੀ ਚ, ਛੇਵੀਂ ਸਦੀ ਹਿਜਰੀ ਦੇ ਅੰਦਰ ਇਹ ਬਾਦਸ਼ਾਹ ਨੇ ਸਭ ਤੋਂ ਪਹਿਲੇ ਮਹਿਫਲੇ ਮਿਲਾਦ ਦਾ ਇਨਕਾਦ ਕੀਤਾ ਹੈ, ਇਸੇ ਤਰ੍ਹਾਂ ਜਸ਼ਨੇ ਮਿਲਾਦ ਦਾ ਇਨਕਾਦ ਕੀਤਾ ਹੈ। ਹੁਣ ਇਹਦੇ ਤੋਂ ਬਾਅਦ ਆ ਗਿਆ 1890 ਦੇ ਅੰਦਰ ਕਰਾਚੀ ਦੇ ਅੰਦਰ ਸਭ ਤੋਂ ਪਹਿਲੇ ਜਲੂਸੇ ਮਿਲਾਦ ਕੱਢਿਆ ਗਿਆ। ਜੰਗ ਅਖਬਾਰ ਪੜ੍ਹ ਕੇ ਦੇਖੋ, ਇਸੇ ਤਰ੍ਹਾਂ ਬਾਤ ਅੱਗੇ ਚਲਾਵਾਂ। ਈਦ ਮਿਲਾਦ ਜਿਹੜਾ ਇਹ ਤੇ ਜ਼ਿਆਉਲ ਹੱਕ ਦੇ ਦੌਰ ਦੇ ਅੰਦਰ ਨਾ ਮਨਜ਼ੂਰ ਹੋਇਆ, ਉਹਨਾਂ ਤੋਂ ਪਹਿਲੇ ਤੇ ਈਦ ਮਿਲਾਦ ਨਹੀਂ ਬਲਕਿ 12 ਵਫਾਕ ਕਿਆ ਕਰਦੇ ਸਨ। ਜਿੰਨੇ ਪੁਰਾਣੇ ਬਾਬੇ ਨੇ ਪੁੱਛ ਕੇ ਵੇਖ ਲਓ, 12 ਵਫਾਕ ਕਿਆ ਜਾਂਦਾ ਸੀ, ਲੇਕਿਨ ਜ਼ਿਆਉਲ ਹੱਕ ਦੇ ਦੌਰ ਦੇ ਅੰਦਰ ਗੌਰਮਿੰਟੀ ਤੌਰ ਤੇ ਮਨਜ਼ੂਰ ਕਰਵਾਇਆ ਗਿਆ ਈਦ ਮਿਲਾਦੁਨ ਨਬੀ। ਪਤਾ ਚੱਲਿਆ ਜਸ਼ਨੇ ਮਿਲਾਦ ਇਹ ਛੇਵੀਂ ਸਦਵੀਂ ਦੀ ਇਜਾਦ ਹੈ, ਮਹਿਫਲੇ ਮਿਲਾਦ ਇਹ ਨਬੀ ਪਾਕ ਤੋਂ ਤਕਰੀਬਨ 550 ਸਾਲ ਬਾਅਦ ਦੀ ਇਜਾਦ ਹੈ, ਜਲੂਸੇ ਮਿਲਾਦ ਇਹ 1890 ਦੀ ਇਜਾਦ ਹੈ, ਔਰ ਈਦ ਮਿਲਾਦ ਇਹਦੇ ਜ਼ਿਆਉਲ ਹੱਕ ਦੇ ਜ਼ਮਾਨੇ ਦੀ ਮਿਲਾਦ। ਇਹ ਚਾਰੇ ਚੀਜ਼ਾਂ ਨਬੀ ਪਾਕ ਦੇ ਜ਼ਮਾਨੇ ਦੇ ਅੰਦਰ ਨਹੀਂ, ਸਿਹਾਬਾ ਦੇ ਜ਼ਮਾਨੇ ਦੇ ਅੰਦਰ ਨਹੀਂ, ਤੇ ਜਿਹੜਾ ਦੀਨ ਅਲੀ ਯੂਮ ਅਕਮਲ ਤੋ ਲਗੁਮ ਦੀਨ ਗੁਮ ਅਤਮਮ ਤੋ ਅਲਈ ਗੁਮ ਨਿਮਤੀ ਬਰਾਜ਼ੀ ਤੋ ਲਗੁਮ ਇਸਲਾਮ ਦੀ ਨਾ ਹੋ ਗਿਆ ਨਬੀ ਪਾਕ ਦੇ ਜ਼ਮਾਨੇ ਮੁਬਾਰਕ ਦੇ ਅੰਦਰ। ਪਤਾ ਚੱਲਿਆ ਇਹ ਚਾਰੇ ਚੀਜ਼ਾਂ ਦੀਨ ਦੇ ਅੰਦਰ ਨਹੀਂ, ਦੀਨ ਤੋਂ ਬਾਹਰ ਨੇ, ਇਹ ਦੀਨ ਦੇ ਅੰਦਰ ਨਵੀਆਂ, ਦੀਨ ਦੇ ਅੰਦਰ ਨਹੀਂ ਇਹ ਬਾਅਦ ਅੰਦਰ ਨਵੀਆਂ ਚੀਜ਼ਾਂ ਨੇ, ਦੀਨ ਦੇ ਅੰਦਰ ਨਹੀਂ ਯਾਨੀ ਦੀਨ ਚੋਂ ਸਾਬਤ ਨਹੀਂ, ਇਹਨਾਂ ਨੂੰ ਬਾਅਦ ਦੇ ਅੰਦਰ ਦੀਨ ਦੇ ਅੰਦਰ ਲਿਆਂਦਾ ਗਿਆ। ਹਜ਼ਰਾਤ ਜਿਹੜੀ ਚੀਜ਼ ਬਾਅਦ ਦੇ ਅੰਦਰ ਦੀਨ ਵੇ ਨਵੀਂ ਲਿਆਂਦੀ ਜਾਏ, ਸ਼ਰਰਲ ਉਮੂਰੇ ਮੋਹਦਸਾ ਤੁਗਾ ਉਹ ਸਾਰੇ ਲੜਾਈ ਝਗੜਾ। ਇਸੇ ਵਾਸਤੇ ਹਰ ਸਾਲ ਵੇਖ ਲਿਆ ਜੇ ਮਹਿਫਲੇ ਜਨਾਬ ਜਨਾਬ ਦੇ ਜਦੋਂ ਜਸ਼ਨੇ ਮੇਲਾਦ ਦਾ ਦਿਨ ਆਉਂਦਾ, ਇਹ ਮੁੰਡੇ ਖੁੰਡੇ ਇਕੱਠੇ ਹੁੰਦੇ ਨੇ, ਸ਼ਰਰਲ ਸ਼ਰ ਸ਼ਰ ਸ਼ਰਰਲ ਉਮੂਰੇ ਮੋਹਦਸਾ ਸ਼ਰ, ਕਿਵੇਂ ਸ਼ਰ, ਮੁੰਡੇ ਜਨਾਬ ਨਾਰੇ ਮਾਰਦੇ ਜਾਂਦੇ ਨੇ, ਪਤਾ ਲੱਗਿਆ ਰਾਤ ਆ ਗਈ ਆਪਦੀ ਸਾਂਦੀ ਮੈਂ, ਨਾਰਾ ਤਕਬੀਰ ਫਲਾਂ 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 ਫਲਾਂ, ਜੋ ਨਾ ਮਨਾਏ ਫਲਾਂ ਹੈ, ਜੋ ਨਾ ਮਨਾਏ ਫਲਾਂ ਹੈ, ਚੰਗੇ ਇੱਧਰ ਮੂੰਹ ਕਰਕੇ ਸ਼ਰ ਸ਼ਰ, ਤੁਹਾਨੂੰ ਸਮਝ ਫਿਰ ਨਹੀਂ ਆ ਰਹੀ, ਸ਼ਰ ਰਲ ਸ਼ਰ ਰਲ ਉਮੂਰ ਮੁਖਤਸਾ ਤੋਂ ਅੱਧਾ ਕੇ ਫਿਰ ਕੇ ਗਾਲੀਆਂ ਕੱਢਣ ਲੱਗ ਪੈਂਦੇ ਨੇ, ਮਕਸਦ ਕੀ ਹੈ, ਇਹ ਵੀ ਅੱਗੋਂ ਬੋਲਣ ਤਮਾਸ਼ਾ ਲੱਗੇ ਲੜਾਈ ਹੋਵੇ, ਸ਼ਰ ਰਲ ਸ਼ਰ, ਨੀਂਦ ਅੰਦਰ ਜਿਹੜਾ ਨਵਾਂ ਕੰਮ ਹੈ ਉਹ ਸ਼ਰ ਫੈਲਾਉਂਦਾ ਹੈ, ਸ਼ਰ ਰਲ ਉਮੂਰੇ ਮੁਹਦਸਾ ਤੁਹਾ ਵਾ ਕੁੱਲਾ ਮੁਹਦਸਾ ਤਿਨ ਬਿਦਾ ਵਾ ਕੁੱਲਾ ਬਿਦਾ ਤਿਨ ਜ਼ਲਾਲਾ ਵਾ ਕੁੱਲਾ ਜ਼ਲਾਲਾ ਤਿਨ ਫਿੰਨਾਰ ਬਿਹਤਰ ਹਰ ਬਿਹਤਰ ਥੀ ਬਿਹਤਰ ਰਾ ਮੁਹੰਮਦ ਵਾਲਾ ਮੰਦਾ ਹਰ ਮੰਦੇ ਥੀ ਮੰਦਾ ਬਿਦਾਤ ਵਾਲਾ ਚਾਲਾ ਬਿਦਾਤ ਉਹ ਜੋ ਬਾਦ ਨਬੀ ਦੇ ਨਵੀਂ ਬਨਾਵਟ ਆਈ ਹਰ ਕੰਮ ਨਵਾਂ ਬਿਦਾਤ ਹਰ ਬਿਦਾਤ ਗੁਮਰਾਹੀ ਜਿਸਨੇ ਬਿਦਅਤ ਦਾ ਕੰਮ ਫੜਿਆ ਵਿੱਚ ਗੁਮਰਾਹੀ ਵੜਿਆ ਵਿੱਚ ਗੁਮਰਾਹੀ ਜੋ ਵੀ ਵੜਿਆ ਦੋਜ਼ਖੇ ਅੰਦਰ ਸੜਿਆ ਅੱਲਾ ਮੈਨੂੰ ਤੋ
तुहानू नबी पाक अलैहिस्सलाम दी सुन्नत पाक दा पाबंद बनाए, बिदआत तो महफूज फरमाए। साढ़े भाई ज़ीशान साहब, उन्होंने साथी और मौलाना मुहम्मद आरिफ साजिद साहब हाफिज़ाहुल्ला, इन्होंने रफाका साथियों की मेहनत कावश अल्लाह अपनी बारगाह कबूल फरमाए और रब्बुल आलमीन अपनी रहमत व फजल दे नाल अपने करम दे नाल इस जलसे लोगों वास्ते हिदायत का जरिया बनाए। आखिर दावा नान अल्हम्दुलिल्लाह।